ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਹਿਰ ਦੇ ਮੰਨੇ ਪਰਮੰਨੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ ਹੋਇਆ ਹੈ। ਹੰਗਾਮੇ ਦੌਰਾਨ ਹਸਪਤਾਲ ਦੀ ਕਾਫੀ ਭੰਨਤੋੜ ਵੀ ਕੀਤੀ ਗਈ ਹੈ। ਦਰਸਲ ਲਿੰਕ ਰੋਡ ਸਥਿਤ ਇੱਕ ਨਿੱਜੀ ਹਸਪਤਾਲ 'ਚ ਇੱਕ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ। ਉਹਨਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਲਾਏ ਨੇ। ਪਰਿਵਾਰਿਕ ਮੈਂਬਰਾਂ ਨੇ ਡਾਕਟਰ ਤੇ ਨੈਗੇਟਿਵ ਮਰੀਜ਼ ਨੂੰ ਕੋਰੋਨਾ ਪੋਜ਼ਿਟਿਵ ਦੱਸ ਕੇ ਇਲਾਜ ਕਰਨ ਦਾ ਦੋਸ਼ ਲਾਇਆ ਹੈ। ਹੋਇਆ ਕਿਸੇ ਉਹਨਾਂ ਨੂੰ ਹੋਇਆ ਕਿਸੇ ਨੂੰ ਕੁਝ ਨਹੀਂ ਸੀ, ਸਿਰਫ ਜਸਟ ਇੱਕ ਥੋੜੀ ਜਿਹੀ ਪ੍ਰੈਸ਼ਰ ਦਿਆ ਸੀ। ਇਹਨਾਂ ਨੇ ਕੋਰੋਨਾ ਰਿਪੋਰਟ ਕਰ ਗਏ, ਕੁਝ ਨਹੀਂ ਨਿਕਲਿਆ, ਨੈਗੇਟਿਵ ਸੀ ਦੋਨੋਂ ਰਿਪੋਰਟਾਂ। ਅੱਛਾ ਜੀ, ਤੇ ਕਹਿੰਦੇ ਕੋਰੋਨਾ ਹੋ ਗਿਆ ਸੀ। ਇਹ ਇਲਾਜ ਕੋਰੋਨਾ ਨਹੀਂ ਸੀ ਤਾਂ ਕੋਰੋਨਾ ਦਾ ਇਲਾਜ ਕਿੱਦਾਂ ਕੀਤਾ? ਤੁਸੀਂ ਦੱਸੋ, ਕੋਰੋਨਾ ਉਹਨਾਂ ਨੂੰ ਕਹਿੰਦੇ ਹੈ ਹੀ ਨਹੀਂ। ਤੇ ਅੱਜ ਕੀ ਗੱਲ ਹੋਈ? ਅੱਜ ਕੀ ਗੱਲ ਹੋਈ? ਅੱਜ ਇਹ ਸੀਰੀਅਸ ਕਰਦਾ ਜਾਣਾ ਠੀਕ ਹੈ, ਠੋਕ ਠੋਕ ਕੇ ਉਹਨੂੰ ਛਾ ਦੀ ਪੂਰੀ ਆਈ। ਡਾਕਟਰ ਦਾ ਨਾਮ ਪਤਾ ਜਿਹਨਾਂ ਨੇ ਡੇਲ ਕੀਤਾ? ਮੇਰੀ ਸਾਥੀ ਨੂੰ ਪਤਾ ਹੈ। ਤੇ ਪੁਲਿਸ ਕੰਪਲੇਂਟ ਲਿਖਾਈ ਤੁਸੀਂ? ਹਾਂ ਜੀ, ਆ ਦੇਖੋ ਪੁਲਿਸ ਸਾਰੀ ਆਈ ਹੋਈ ਹੈ, ਕੰਪਲੇਂਟ ਚੱਲੇ ਆ ਲਿਖਾ। ਤੁਸੀਂ ਸਾਰੇ ਉੱਥੇ ਪਹੁੰਚੋ। ਮੈਡਮ ਮੇਰੀ ਇੱਕ ਗੱਲ ਸੁਣੋ, ਜਿਹੜੀ ਪੁਲਿਸ ਰਿਪੋਰਟ ਹੈ ਜਾਂ ਬਿਆਨ ਹੈ ਇੱਥੇ ਵੀ ਦਰਜ ਕਰ ਸਕਦੀ ਹੈ, ਤੁਹਾਨੂੰ ਥਾਣੇ ਕਿਉਂ ਲੈ ਕੇ ਜਾਇਆ ਜਾ ਰਿਹਾ? ਉਧਰ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਨੇ। 11 ਤਰੀਕ 2 ਵਜੇ ਆਇਆ, ਉਸ ਵਕਤ 2 ਵਜੇ ਹਾਲਤ ਉਹਦੀ ਕਾਫੀ ਸੀਰੀਅਸ ਸੀਗੀ, ਉਹਨੂੰ ਸਾਹ ਨਹੀਂ ਸੀ ਆ ਰਿਹਾ। ਉਹਦੇ ਜਿਹੜੀਆਂ ਟੈਸਟ ਕੀਤੇ ਐਕਸਰੇ ਦੇ ਵਿੱਚ ਦੋਨੋਂ ਫੇਫੜਿਆਂ ਦੇ ਵਿੱਚ ਨਮੂਨੀਆ ਭਰਿਆ ਸੀ, ਬਹੁਤ ਜ਼ਿਆਦਾ ਸੀਰੀਅਸ ਸੀ। ਅਤੇ ਉਹਨੂੰ ਅਸੀਂ ਉਹਨਾਂ ਨੂੰ ਦੱਸ ਕੇ ਵੀ ਹਾਲਤ ਹੈਗੀ ਸੀਰੀਅਸ, ਜਦੋਂ ਇੱਥੇ ਰੱਖਣਾ ਤੁਸੀਂ ਰਿਮਿਟ ਕਰ ਲੈਂਦੇ ਹਾਂ। ਅਸੀਂ ਉਹਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਕਿਉਂਕਿ ਸਸਪੈਕਟਡ ਸੀਗਾ ਵੀ ਕੋਰੋਨਾ ਹੀ ਨਾ ਹੋਵੇ, ਪਰ ਕੋਰੋਨਾ ਦਾ ਟੈਸਟ ਪਹਿਲਾਂ ਨੈਗੇਟਿਵ ਆਇਆ। ਫਿਰ ਵੀ ਅਸੀਂ ਉਹਨੂੰ ਸਿਸਟਮ ਨੈਗੇਟਿਵ ਆਇਆ ਤਾਂ ਦੂਸਰਾ ਟੈਸਟ ਵੀ ਭੇਜਤਾ RT-PCR। ਸਾਰੀ ਉਹਦੀ ਜੋ ਮੈਕਸੀਮਮ ਟ੍ਰੀਟਮੈਂਟ ਹੈਗੀ ਹੈ, ਜੋ ਅਸੀਂ ਨਮੂਨੀਆ ਲੰਗਸ ਵਾਸਤੇ ਸਾਹ ਵਾਸਤੇ ਦੇ ਸਕਦੇ ਸੀ, ਉਹਨੂੰ ਨੋਨ ਇਨਵੇਸਿਵ ਵੈਂਟੀਲੇਟਰ ਵੀ ਲਗਾਇਆ, ਬਾਹਰੋਂ ਵੈਂਟੀਲੇਟਰ ਲਗਾਉਂਦੇ ਨੇ, ਹਾਈ ਫਲੋ ਆਕਸੀਜਨ ਦਿੱਤੀ। ਅਤੇ ਉਹ ਪਰ ਪੇਸ਼ੈਂਟ ਪਤਾ ਠੀਕ ਨਹੀਂ ਹੋਇਆ, ਉਹਦਾ ਰਿਸਪੋਂਸ ਨਹੀਂ ਆਇਆ। ਔਰ ਉਹਨਾਂ ਨੂੰ ਕੱਲ੍ਹ ਵੀ ਦੱਸਿਆ ਵੀ ਮਰੀਜ਼ ਸੀਰੀਅਸ ਹੈ, ਜੇ ਤੁਸੀਂ ਕਿਤੇ ਹੋਰ ਵੀ ਜਾਣਾ ਚਾਹੁੰਦੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ। ਉਹਨਾਂ ਦੇ ਨਾਲ ਲੇਡੀਜ਼ ਸੀਗੀਆਂ, ਕੋਈ ਜ਼ਿਆਦਾ ਬੰਦੇ ਹੈ ਨਹੀਂ ਸੀ। ਕਹਿੰਦੇ ਜੀ ਸਾਡੇ 'ਤੇ ਤੁਹਾਨੂੰ ਵਿਸ਼ਵਾਸ ਹੈ, ਤੁਸੀਂ ਜੋ ਆਪਣਾ ਟ੍ਰੀਟਮੈਂਟ ਮੈਕਸੀਮਮ ਕਰਨਾ ਕਰੋ। ਅਸੀਂ ਸਾਰਾ ਦਿਨ ਇਲਾਜ ਕੀਤਾ, ਪਰ ਅੱਜ ਸਵੇਰੇ ਫਿਰ ਹੋਰ ਸੀਰੀਅਸ ਹੋ ਗਿਆ। ਫਿਰ ਅਸੀਂ ਉਹਨੂੰ ਸੋਚਿਆ ਵੀ ਦੂਸਰਾ ਵੈਂਟੀਲੇਟਰ ਲਗਾਈਏ, ਉਹਨਾਂ ਨੂੰ ਸਲਾਹ ਦਿੱਤੀ ਵੀ ਇਨਵੇਸਿਵ। ਫਿਲਹਾਲ ਥਾਣਾ ਨੰਬਰ 6 ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ ਗਿਆ। Finding for a school to enroll in? Do you want to enhance your skills and abilities? Don't worry, Lala Kasturi Lal Sarvadkari Senior Secondary Vidya Mandir, affiliated to CBSE, offers you complete facilities of computer lab, high quality education, friendly environment with affordable fee structure and facility of Shishu Vatika for kids. Admission open from now for LKG to 9 and plus 1 in all streams. What are you waiting for? Build your child future at Lala Kasturi Lal Sarvadkari Senior Secondary Vidya Mandir, Mehraj Road, Rampura Phool, District Bathinda. Contact on 01651505076 and 505077. Are you worried about your child future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus 1 and plus 2 students. Admission open from now for nursery to 9th and plus 1 in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 99884728-57. For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279.